ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਫਤਿਹ ਟੀਵੀ ਦੇ ਪ੍ਰੋਗਰਾਮ ਦੇਹ ਰੋਗਤਾ ਵਿੱਚ ਆਪ ਸਭ ਦਾ ਫਿਰ ਦੁਬਾਰਾ ਸਵਾਗਤ ਹੈ। ਮੈਂ ਵੈਦ ਸੁਖਜਿੰਦਰ ਸਿੰਘ ਯੋਗੀ ਅੱਜ ਆਪ ਜੀ ਨੂੰ ਨਵੇਂ ਵਿਸ਼ੇ ਤੇ ਜਾਣਕਾਰੀ ਦੇਣਾ ਚਾਹਾਂਗਾ। ਅੱਜ ਦਾ ਜਿਹੜਾ ਸਾਡਾ ਵਿਸ਼ਾ ਰਹੂਗਾ, ਜਿੱਦਾਂ ਮੈਂ ਆਪ ਜੀ ਨੂੰ ਸਵੇਰੇ ਦੱਸਿਆ ਕਿ ਸਭ ਤੋਂ ਪਹਿਲਾਂ ਉੱਠ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ, ਪਾਣੀ ਪੀਣਾ, ਪੇਟ ਸਾਫ਼ ਕਰਨਾ, ਪੇਟ ਸਾਫ਼ ਤੋਂ ਬਾਅਦ ਸਾਨੂੰ ਜਿਹੜੀ ਹੈ ਦੰਤ ਮੰਜਨ ਯੂਜ਼ ਕਰਨਾ ਜਾਂ ਬ੍ਰਸ਼ਿੰਗ ਆਫ ਟੀਥ ਕਰਨੀ, ਕਲੀਨਿੰਗ ਆਫ ਓਰਲ ਕੈਵਿਟੀ ਜਿਹਨੂੰ ਕਹਿੰਦੇ ਆ, ਉਸ ਤੋਂ ਬਾਅਦ ਜੀਵਾ ਸਾਫ਼ ਕਰਨੀ, ਗੰਡੂਸ, ਨਸਿਆ ਅਤੇ ਹੈਡ ਮਸਾਜ। ਇਸ ਤੋਂ ਬਾਅਦ ਸਾਡਾ ਇਸ਼ਨਾਨ, ਇਸ਼ਨਾਨ ਵੀ ਮੈਂ ਆਪ ਜੀ ਨੂੰ ਦੱਸਿਆ ਅਤੇ ਪਹਿਰਾਵਾ। ਸਾਡਾ ਜਿਹੜਾ ਨਵਾਂ ਟੌਪਿਕ ਅੱਜ ਦਾ ਰਹੇਗਾ ਜੀ, ਉਸ 'ਚ ਰਹੇਗਾ ਸਾਡਾ ਬ੍ਰੇਕਫਾਸਟ, ਸਾਡਾ ਸਵੇਰ ਦਾ ਨਾਸ਼ਤਾ। ਜਿਹੜਾ ਸਾਡਾ ਨਾਸ਼ਤਾ ਹੈ ਉਹ ਬਹੁਤ ਹੀ ਅਹਿਮ ਹਿੱਸਾ ਲੈਂਦਾ ਸਾਡੀ ਲਾਈਫ ਦੇ ਵਿੱਚ। ਤੁਸੀਂ ਆਮ ਤੌਰ 'ਤੇ ਦੇਖਿਆ ਹੋਣਾ ਕਿ ਨੌਜਵਾਨ ਪੀੜ੍ਹੀ ਦੇ ਵਿੱਚ ਜਿਹੜੇ ਹੈ 60% ਬੱਚੇ ਨੇ ਉਹ ਬ੍ਰੇਕਫਾਸਟ ਕਰਕੇ ਖੁਸ਼ ਨਹੀਂ ਹੈ, ਜਾਂ ਜੇ ਅਸੀਂ ਮਿਡਲ ਏਜ ਦੇ ਵਿੱਚ ਲੈ ਕੇ ਚੱਲੀਏ ਉਹ ਆ ਜਾਂਦੇ ਆ 10% ਲੋਕ। ਐਲਡਰਲੀ ਪੀਪਲ ਫਿਰ ਵੀ ਬ੍ਰੇਕਫਾਸਟ ਲੈਂਦੇ ਨੇ ਜਾਂ ਕਈ ਲੋਕ ਸਕਿੱਪ ਕਰਦੇ ਨੇ। ਬ੍ਰੇਕਫਾਸਟ ਸਕਿੱਪ ਕਰਨਾ ਬਹੁਤ ਵੱਡੀ ਪ੍ਰੋਬਲਮ ਦਾ ਕਾਰਨ ਹੈ। ਬ੍ਰੇਕਫਾਸਟ ਉਹ ਲੋਕ ਸਕਿੱਪ ਕਰਦੇ ਨੇ ਜਿਨ੍ਹਾਂ ਦਾ ਪੇਟ ਸਾਫ਼ ਨਹੀਂ ਹੋਇਆ। ਸਭ ਤੋਂ ਪਹਿਲਾਂ ਮੈਂ ਗੱਲ ਕਲੀਅਰ ਕਰ ਦਿਆਂ, ਜਿਨ੍ਹਾਂ ਦਾ ਪੇਟ ਨਹੀਂ ਸਾਫ਼ ਹੋਇਆ ਉਹਨਾਂ ਸਵੇਰੇ ਉੱਠ ਕੇ ਜਿਹੜਾ ਹੈ ਪੇਟ ਦੇ ਵਿੱਚ ਭਾਰੀਪਨ ਰਹਿਣਾ, ਮੂੰਹ ਦੇ ਵਿੱਚ ਕੌੜਾਪਨ ਆਉਣਾ, ਮੂੰਹ ਦਾ ਸਵਾਦ ਬਕ ਬਕਾ ਜਿਹਾ ਹੋ ਜਾਣਾ, ਜਿਹਨੂੰ ਕਈ ਲੋਕ ਕਹਿੰਦੇ ਸਾਨੂੰ ਸਵੇਰੇ ਉੱਠ ਕੇ ਕਈ ਵਾਰੀ ਮੂੰਹ ਦੇ ਵਿੱਚ ਕੌੜਾਪਨ ਰਹਿੰਦਾ, ਛਾਤੀ 'ਚ ਜਲਨ, ਖੱਟੇ ਡਕਾਰ ਵੀ ਬਣਦੇ ਨੇ। ਇਸ ਤੋਂ ਇਲਾਵਾ ਜਿਹੜੇ ਬ੍ਰੇਕਫਾਸਟ ਨਾ ਕਰਨ ਦੇ ਅਲੱਗ ਅਲੱਗ ਕਾਰਨ ਨੇ ਉਹ ਆ ਜਾਂਦਾ, ਜਿਹੜੇ ਨਾਈਟ ਸ਼ਿਫਟਾਂ ਲਾਉਂਦੇ ਨੇ ਜਾਂ ਜਿਨ੍ਹਾਂ ਦਾ ਲੇਟ ਨਾਈਟ ਡਿਨਰ ਹੁੰਦਾ ਕਿ ਜਿਹੜੇ ਲੋਕ 10 ਕੁ ਵਜੇ ਤੋਂ ਬਾਅਦ ਲੈਂਦੇ ਨੇ। ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਜਿਹੜੀ ਸਾਡੀ ਅਗਨੀ ਹੈ ਜਿਹਨੂੰ ਅਸੀਂ ਪਿੱਤ ਗੁਣ ਕਹਿੰਦੇ, ਅਗਨੀ ਰਾਈਜ਼ਿਸ ਵਿਦ ਦਾ ਸਨ ਰਾਈਜ਼, ਸੋ ਜਿਹੜੀ ਸਾਡੀ ਹੈ ਜਿੱਦਾਂ ਸੂਰਿਆ ਉਦੇ ਹੋ ਰਿਹਾ ਉੱਦਾਂ ਹੀ ਸਾਡੀ ਅਗਨੀ ਵੀ ਹੈ ਉਸਦੇ ਹਿਸਾਬ ਨਾਲ ਕਲੀਅਰ ਵਧਣੀ ਸ਼ੁਰੂ ਹੁੰਦੀ ਹੈ। ਸੋ ਸਾਨੂੰ ਇੱਕ ਇੱਕ ਹੈਲਦੀ ਬ੍ਰੇਕਫਾਸਟ, ਅਸੀਂ ਬਹੁਤ ਹੈਵੀ ਬ੍ਰੇਕਫਾਸਟ ਨਾ ਕਰੀਏ, ਹੈਲਦੀ ਬ੍ਰੇਕਫਾਸਟ ਲੈ ਲਈਏ ਜਿਹਦੇ 'ਚ ਕਿ ਅਸੀਂ ਬਰਾਊਨ ਬ੍ਰੈਡ ਯੂਜ਼ ਕਰ ਸਕਦੇ ਹਾਂ। ਉਸ ਤੋਂ ਇਲਾਵਾ ਅਸੀਂ ਫਰੂਟਸ ਲੈ ਸਕਦੇ ਹਾਂ। ਬਰਾਊਨ ਬ੍ਰੈਡ ਦੇ ਵਿੱਚ ਤੁਸੀਂ ਕੁਕੁੰਬਰ ਵਗੈਰਾ, ਖੀਰਾ, ਟਮਾਟਰ, ਪਨੀਰ ਵਗੈਰਾ ਲਗਾ ਕੇ ਤੁਸੀਂ ਯੂਜ਼ ਕਰ ਸਕਦੇ ਹੋ। ਸੈਂਡਵਿਚਸ ਬਣਾ ਸਕਦੇ ਹੋ ਜਿਨ੍ਹਾਂ ਯੂਰਿਕ ਐਸਿਡ ਵੱਧਦਾ ਹੈ, ਉਹ ਪਨੀਰ ਜਾਂ ਟਮਾਟਰ ਨਾ ਲਗਾਓ ਜਾਂ ਬੀਜ ਵਾਲੀ ਚੀਜ਼ਾਂ ਨਾ ਲਗਾਓ। ਉਹ ਲੋਕ ਜਿਹੜਾ ਹੈ ਕੀ ਕਰ ਸਕਦੇ ਨੇ, ਜਿਨ੍ਹਾਂ ਦਾ ਯੂਰਿਕ ਐਸਿਡ ਵੱਧਦਾ ਹੈ ਉਹ ਰੂਟੀਨ ਦੇ ਵਿੱਚ ਦਲੀਆ ਬ੍ਰੇਕਫਾਸਟ ਦੇ ਵਿੱਚ ਯੂਜ਼ ਕਰ ਸਕਦੇ ਨੇ। ਇਸ ਤੋਂ ਇਲਾਵਾ ਜਿਹੜਾ ਬ੍ਰੇਕਫਾਸਟ ਦੇ ਵਿੱਚ ਸਭ ਤੋਂ ਨਿਊਟ੍ਰੀਸ਼ੀਅਸ, ਐਕਟਿਵ ਐਂਡ ਹੈਲਦੀ ਬ੍ਰੇਕਫਾਸਟ ਹੈ ਜਿਹੜਾ ਨੋਨ ਡਾਇਬਟਿਕ ਲਈ ਹੈ, ਉਹ ਹੈਗਾ ਕਿ ਤੁਸੀਂ ਦੁੱਧ ਦੇ ਵਿੱਚ ਇੱਕ ਬਾਊਲ ਦੁੱਧ ਦਾ ਲਓ, ਉਹਦੇ ਵਿੱਚ ਸੇਬ ਪਾ ਲਓ, ਥੋੜ੍ਹੇ ਜਿਹੇ ਅੰਗੂਰ ਪਾ ਲਓ, ਪਾਈਨਐਪਲ ਪਾ ਲਓ ਅਤੇ ਸੰਤਰੇ ਦੇ ਇੱਕ ਦੋ ਔਰੇਂਜਿਸ ਦੇ ਪੀਸਿਸ ਪਾ ਲਓ। ਉਸ ਨੂੰ 15 ਕੁ ਮਿੰਟ ਡਿਪ ਰਹਿਣ ਦਿਓ। ਉਸ ਨੂੰ 15 ਮਿੰਟ ਡਿਪ ਰਹਿਣ ਤੋਂ ਬਾਅਦ ਉਹ ਬਾਊਲ ਜਿਹੜਾ ਬ੍ਰੇਕਫਾਸਟ ਤੁਹਾਡਾ ਜਿਹੜਾ ਰੈਡੀ ਹੋਊਗਾ ਉਹ ਇੱਕ ਪਾਵਰ ਬ੍ਰੇਕਫਾਸਟ ਦੇ ਨਾਂ 'ਤੇ ਮੈਂ ਉਹਨੂੰ ਨਾਮ ਦਿੰਦਾ ਹੈ। ਤੁਸੀਂ ਉਸ ਨੂੰ ਯੂਜ਼ ਕਰੋ ਅਤੇ ਲਾਈਫ ਦਾ, ਬ੍ਰੇਕਫਾਸਟ ਦਾ ਮਜ਼ਾ ਇੰਜੋਏ ਕਰਨ ਦਾ ਟੇਸਟ ਦੇਖੋ। ਜ਼ਰੂਰੀ ਨਹੀਂ ਕਿ ਹਰ ਰੋਜ਼ ਅਸੀਂ ਫਰੂਟਸ ਹੀ ਖਾਣੇ ਆ, ਕਦੇ ਤੁਸੀਂ ਦਲੀਆ ਖਾ ਲਓ, ਕਦੇ ਤੁਸੀਂ ਓਟਸ ਦੁੱਧ ਦੇ ਨਾਲ ਲੈ ਲਓ, ਜਾਂ ਤੁਸੀਂ ਚੀਆ ਸੀਡਸ ਆਏ ਨੇ ਅੱਜ ਕੱਲ੍ਹ ਲੋਕ ਉਹ ਵੀ ਯੂਜ਼ ਕਰਦੇ ਹੈ। ਇਸ ਤੋਂ ਇਲਾਵਾ ਬਰਾਊਨ ਬ੍ਰੈਡ ਆਪ ਜੀ ਨੂੰ ਜਿੱਦਾਂ ਦੱਸਿਆ ਮੈਂ, ਸੈਂਡਵਿਚ ਲਗਾ ਲਓ ਜਾਂ ਜਿਹੜੇ ਓਵਰਵੇਟ ਨਹੀਂ ਹੈ ਅਤੇ ਮਲਾਈ ਵਗੈਰਾ ਲਗਾ ਕੇ ਯੂਜ਼ ਕਰ ਸਕਦੇ ਹੋ, ਥੋੜ੍ਹਾ ਜਿਹਾ ਚੀਨੀ ਪਾ ਲਵੋ, ਉਹ ਯੂਜ਼ ਕਰ ਸਕਦੇ ਹੋ। ਬ੍ਰੇਕਫਾਸਟ ਦੇ ਵਿੱਚ ਅਸੀਂ ਚੇਂਜ ਕਰ ਸਕਦੇ ਹਾਂ, ਆਲਟਰਨੇਟਿਵਲੀ ਅਸੀਂ ਆ ਸਕਦੇ ਹਾਂ ਟੂਵਰਡਸ ਓਇਲ ਫਰੀ ਪਰੌਂਠਾ, ਜਿਹੜਾ ਕਿ ਪਰੌਂਠੇ ਦੇ ਉੱਪਰ ਤੁਸੀਂ ਤੇਲ ਨਾ ਲਗਾਓ, ਤੁਸੀਂ ਜਿਹੜਾ ਹੈ ਰੋਟੀ ਨੂੰ ਪਹਿਲੇ ਪਕਾ ਲਵੋ। ਸਭ ਤੋਂ ਪਹਿਲਾਂ ਜਿਹੜਾ ਹੈ ਜਿਹੜਾ ਅੰਨ ਪਕਾਉਣਾ ਹੈ, ਜਿਹੜੀ ਰੋਟੀ ਪੱਕਣੀ ਹੈ ਉਹ ਵੀ ਪ੍ਰੋਪਰ ਪੱਕੀ ਹੋਵੇ, ਅੱਧ ਕੱਚੀਆਂ ਰੋਟੀਆਂ ਨਾ ਲੱਥੀਆਂ ਹੋਣ, ਸਭ ਤੋਂ ਪਹਿਲਾਂ ਖਿਆਲ ਕਰਨਾ। ਕਈ ਵਾਰੀ ਜਦ ਸਵੇਰੇ ਬ੍ਰੇਕਫਾਸਟ ਦਾ ਟਾਈਮ ਹੁੰਦਾ, ਬਹੁਤ ਫਾਸਟਲੀ ਜਾਣਾ ਹੁੰਦਾ ਹੈ, ਜਾਂ ਸਾਡੇ ਘਰ ਜਿਹੜੀ ਵਾਈਫਸ ਵਗੈਰਾ ਨੇ ਥੋੜ੍ਹਾ ਜਿਹਾ ਜਲਦੀ ਕਈ ਵਾਰੀ ਹੋ ਜਾਂਦੀ ਹੈ ਅਤੇ ਪਰੌਂਠਾ ਹਲੇ ਪ੍ਰੋਪਰ ਪੱਕਿਆ ਨਹੀਂ ਹੁੰਦਾ ਅਤੇ ਉੱਪਰ ਤੇਲ ਲਾ ਦਿੱਤਾ ਜਾਂਦਾ। ਮੇਰੀ ਗੱਲ ਤਾਂ ਬੁਰਾ ਨਾ ਮੰਨਿਓ, ਬਟ ਇਹ ਤੁਹਾਡੀ ਇੱਕ ਛੋਟੀ ਜਿਹੀ ਜਿਹੜੀ, ਕਿਉਂਕਿ ਗ੍ਰਹਿਣੀ ਹੈ ਉਹਦੇ ਹੱਥ 'ਚ ਹੀ ਸਾਰਾ ਘਰ ਚੱਲਣਾ, ਕਿਚਨ ਤੁਹਾਡੇ ਹੱਥ 'ਚ ਹੈ। ਸੋ ਇਹ ਆਪ ਜੀ ਲਈ ਬਹੁਤ ਅਹਿਮ ਵਿਸ਼ਾ ਹੈ ਕਿ ਜਿਹੜਾ ਅੰਨ ਹੈ, ਰੋਟੀ ਹੈ, ਪ੍ਰੋਪਰ ਪੱਕੀ ਹੋਵੇ ਦੋਨੇ ਪਾਸੇ ਤੋਂ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਰੜੀ ਹੋਵੇ ਰੋਟੀ, ਚਾਹੇ ਉਹ ਪਰੌਂਠਾ ਹੈ, ਚਾਹੇ ਉਹ ਚਪਾਤੀ ਹੈ, ਚਾਹੇ ਫੁਲਕਾ ਕਹਿ ਲਓ, ਜਦੋਂ ਰੜਿਆ ਹੋਏਗਾ ਅੰਨ ਤਾਂ ਉਹ ਪਚਣ ਦੇ ਵਿੱਚ ਸੌਖਾ ਰਹੇਗਾ, ਜਿਹੜਾ ਕੱਚਾ ਅੰਨ ਹੈ ਉਹ ਅੰਦਰ ਜਾ ਕੇ ਪ੍ਰੋਬਲਮਸ ਫਿਰ ਕ੍ਰੀਏਟ ਕਰੇਗਾ। ਪਰੌਂਠਾ ਤੁਸੀਂ ਕੋਈ ਵੀ ਲੈ ਸਕਦੇ ਹੋ, ਮਿਕਸ ਵਿੱਚ ਜਿੱਦਾਂ ਅਸੀਂ ਸਬਜ਼ੀਆਂ ਕੱਟੀਆਂ, ਤੁਸੀਂ ਜਿੱਦਾਂ ਆਪਾਂ ਸੈਲਡ ਹੈ, ਸੈਲਡ ਦੇ ਰੂਪ ਦੇ ਵਿੱਚ ਅਸੀਂ ਜਿੱਦਾਂ ਬੰਦ ਗੋਭੀ ਹੈ ਉਹ ਪਾ ਕੇ ਤੁਸੀਂ ਮੂਲੀ ਦਾ ਪਰੌਂਠਾ ਬਣਾ ਸਕਦੇ ਹੋ, ਆਲੂ ਦਾ ਪਰੌਂਠਾ ਜਿਹੜਾ ਹੈ ਬਣਾ ਸਕਦੇ ਹੋ, ਉਹਦੇ ਵਿੱਚ ਜਿੱਦਾਂ ਤੁਸੀਂ ਮਸਾਲਾ ਤਿਆਰ ਕਰ ਰਹੇ ਹੋ ਉਹਦੇ ਵਿੱਚ ਅਜਵੈਨ, ਜੀਰਾ, ਇਹ ਚੀਜ਼ਾਂ ਵਰਤੋ, ਅਤੇ ਹਲਕਾ ਜਿਹਾ ਤੁਸੀਂ ਬਿਲਕੁਲ ਹੈ ਜਿਹਨੂੰ ਅਸੀਂ ਕਹਿੰਦੇ ਨਾ ਮਾਤਰ, ਅਸੀਂ ਥੋੜ੍ਹਾ ਜਿਹਾ ਗਰਮ ਮਸਾਲਾ ਵੀ ਪੈ ਸਕਦਾ ਹੈ।
ਇਸ ਤੋਂ ਇਲਾਵਾ ਜਿਹੜਾ ਸਾਡੀ ਹਾਜਮਾ ਸ਼ਕਤੀ ਹੈ ਸਾਡੀ ਬ੍ਰੇਕਫਾਸਟ ਦੇ ਨਾਲ ਬਹੁਤ ਜ਼ਿਆਦਾ ਡਿਪੈਂਡ ਰੱਖਦੀ ਹੈ। ਜਿਹੜੇ ਹੈਵੀ ਵੇਟ ਲੋਕ ਨੇ ਉਹਨਾਂ ਨੂੰ ਹੈਵੀ ਬ੍ਰੇਕਫਾਸਟ ਮੈਂ ਅਵੋਇਡ ਕਰਾਵਾਂਗਾ, ਜਿਹੜੇ ਡਾਇਬਿਟਿਕ ਨੇ ਉਹ ਮਿੱਠਾ ਬ੍ਰੇਕਫਾਸਟ ਅਵੋਇਡ ਕਰਨ। ਕਿਤੇ ਇਹ ਨਾ ਹੋਵੇ ਕਿ ਮੇਰਾ ਦਿੱਤਾ ਹੋਇਆ ਜਿਹੜਾ ਟਿਪ ਹੈ ਕਈ ਲੋਕ ਮਿੱਠੇ ਵਾਲੇ ਦੂਜੇ ਪਾਸੇ ਸ਼ੁਰੂ ਕਰ ਦੇਣ, ਅਤੇ ਥੋੜ੍ਹਾ ਜਿਹਾ ਇਸ ਚੀਜ਼ ਦਾ ਖਿਆਲ ਕਰੋ। ਤੁਹਾਡੀ ਸਰੀਰ ਦੇ ਅਨੁਸਾਰ ਅਸੀਂ ਉਹ ਚੀਜ਼ ਨੂੰ ਘੱਟ ਜਾਂ ਵੱਧ ਇਨਟੇਕ ਦੇ ਵਿੱਚ ਲੈ ਸਕਦੇ ਹਾਂ। ਅਸੀਂ ਹਰ ਚੀਜ਼ ਨੂੰ ਇੱਕ, ਕਿਉਂਕਿ ਕਹਿੰਦੇ ਆ ਜਿਹਨੂੰ ਮਾਂ ਦੀ ਦਾਲ ਸਵਾਦੀ ਅਤੇ ਕਿਸੇ ਨੂੰ ਬਾਦੀ, ਸੋ ਅਸੀਂ ਇੱਕ ਸਪੈਸੀਫਿਕ ਚੀਜ਼ 'ਤੇ ਨਾ ਰਿਸਟ੍ਰਿਕਟ ਰਹੀਏ। ਬਾਡੀ ਵੀ ਇੱਕ ਚੇਂਜ ਮੰਗਦੀ ਹੈ, ਬ੍ਰੇਕਫਾਸਟ ਆਪਣਾ ਰੂਟੀਨ 'ਚ ਚੇਂਜ ਕਰਦੇ ਰਹੋ, ਨਵੇਂ ਲਾਈਫ ਸਟਾਈਲਸ ਨਾਲ ਆਪਣੀ ਲਾਈਫ ਨੂੰ ਜੀਓ। ਬ੍ਰੇਕਫਾਸਟ ਦੇ ਨਾਲ ਤੁਹਾਡੀ ਜਿਹੜੀ ਲਾਈਫ ਹੈ ਬਹੁਤ ਐਕਟਿਵ ਅਤੇ ਹੈਲਦੀ ਰਹੇਗੀ, ਕਿਉਂਕਿ ਬੜੀ ਪੁਰਾਣੀ ਕਹਾਵਤ ਦੇ ਵਿੱਚ ਤੁਸੀਂ ਸੁਣਿਆ ਵੀ ਹੋਣਾ, ਬ੍ਰੇਕਫਾਸਟ ਮਸਟ ਬੀ ਲਾਈਕ ਅ ਕਿੰਗ ਐਂਡ ਡਿਨਰ ਮਸਟ ਬੀ ਲਾਈਕ ਅ ਬੈਗਰ। ਸੋ ਬ੍ਰੇਕਫਾਸਟ ਸਾਡਾ ਹੈਲਦੀ ਹੋਏਗਾ, ਜਿੰਨਾ ਸਾਡਾ ਬ੍ਰੇਕਫਾਸਟ ਸਾਡਾ ਹੈਲਦੀ ਰਹੇਗਾ, ਐਕਟਿਵ ਰਹੇਗਾ, ਹੈਵੀ ਨਾ ਹੋਵੇ, ਜਿੰਨਾ ਐਕਟਿਵ ਅਤੇ ਹੈਲਦੀ ਬ੍ਰੇਕਫਾਸਟ ਰਹੇਗਾ ਉਹਨਾਂ ਤੁਸੀਂ ਸਾਰਾ ਦਿਨ ਐਕਟਿਵਲੀ ਕੰਮ ਕਰ ਸਕਦੇ ਹੋ, ਜਿਹਦੇ ਨਾਲ ਤੁਸੀਂ ਹਿਟ ਔਰ ਫਿਟ ਦੋਨੋਂ ਰਹੋਗੇ। ਅੱਜ ਦੇ ਵਿਸ਼ੇ 'ਤੇ ਇੰਨੀ ਜਾਣਕਾਰੀ ਦੇਣਾ ਚਾਹਾਂਗਾ, ਕੱਲ੍ਹ ਨਵੇਂ ਵਿਸ਼ੇ 'ਤੇ ਜਾਣਕਾਰੀ ਦਿਆਂਗਾ। ਸਾਡੇ ਨਾਲ ਯੂਟਿਊਬ ਚੈਨਲ ਸਾਡੇ 'ਤੇ ਜੁੜੇ ਰਹੋ ਜਾਂ ਸਾਡੇ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।